ਸਤਿ ਸ਼੍ਰੀ ਅਕਾਲ ਜੀ, ਤੁਸੀਂ ਦੇਖਦੇ ਪਏ ਹੋ ਮੇਰੇ ਨਾਲ ਤਸਵੀਰਾਂ ਆਪਣੀ ਸਕਰੀਨ ਦੇ ਉੱਤੇ। ਤੁਹਾਨੂੰ ਦੱਸ ਦਈਏ ਕਿ ਲੋਹੜੀ ਦਾ ਤਿਉਹਾਰ ਬਿਲਕੁਲ ਨੇੜੇ ਆ, ਅਤੇ ਜਿਹੜੀ ਗੱਲ ਤੁਸੀਂ ਥੰਬਨੇਲ ਦੇ ਵਿੱਚ ਦੇਖ ਲਈਏ ਵੀ ਪਤੰਗਬਾਜ਼ੀ ਲੋਹੜੀ ਦੇ ਉੱਤੇ ਇਹ ਬੈਨ। ਦੋਸਤੋ, ਤੁਹਾਨੂੰ ਦੱਸ ਦਈਏ ਕਿ ਪਤੰਗਬਾਜ਼ੀ ਸਦੀਆਂ ਤੋਂ ਲੋਹੜੀ ਦੇ ਉੱਤੇ ਜਿਹੜਾ ਆ ਚੱਲਦੀ ਆ ਰਹੀ ਹੈ, ਅਤੇ ਬਹੁਤ ਜ਼ਿਆਦਾ ਪਤੰਗਬਾਜ਼ੀ ਹੁੰਦੀ, ਪਰ ਕਿਸੇ ਸਮੇਂ ਦੇ ਵਿੱਚ ਜਿਹੜੀ ਹੈ ਧਾਗਾ ਡੋਰ ਦੇ ਨਾਲ ਪਤੰਗਬਾਜ਼ੀ ਹੁੰਦੀ ਸੀ। ਪਰ ਜਿਵੇਂ ਜਿਵੇਂ ਸਮਾਂ ਬਦਲਦਾ ਗਿਆ, ਲੋਕਾਂ ਨੇ ਵੱਖ ਵੱਖ ਤਰੀਕਿਆਂ ਦੇ ਨਾਲ ਪਤੰਗਬਾਜ਼ੀ ਕਰਨੀ ਸ਼ੁਰੂ ਕਰ ਦਿੱਤੀ, ਜਿਹਦੇ ਵਿੱਚ ਚਾਈਨਾ ਡੋਰ ਦਾ ਇੱਕ ਨਵਾਂ ਹੀ ਰੂਪ ਆ ਗਿਆ, ਜਿਹਦੇ 'ਚ ਚਾਈਨਾ ਡੋਰ ਦੇ ਨਾਲ ਲੋਕਾਂ ਨੇ ਪਤੰਗ ਵਧਾਉਣੀ ਸ਼ੁਰੂ ਕਰ ਦਿੱਤੀ, ਤਾਂ ਕਿ ਸਾਡੀ ਪਤੰਗ ਟੁੱਟੇ ਨਾ, ਵੱਡੇ ਨਾ। ਇਸ ਕਰਕੇ ਚਾਈਨਾ ਡੋਰ ਦਾ ਦੌਰ ਸ਼ੁਰੂ ਹੋ ਗਿਆ, ਪਰ ਇਹ ਦੌਰ ਇੱਕ ਖੂਨੀ ਦੌਰ ਬਣ ਗਿਆ। ਚਾਈਨਾ ਡੋਰ ਦੇ ਨਾਲ ਲੋਕ ਮਜ਼ੇ ਤਾਂ ਜ਼ਰੂਰ ਲੈ ਲੈਂਦੇ ਨੇ ਪਤੰਗਬਾਜ਼ੀ ਦੇ ਵਿੱਚ, ਪਰ ਤੁਹਾਨੂੰ ਦੱਸ ਦਈਏ ਕਿ ਕਿਤੇ ਨਾ ਕਿਤੇ ਬਹੁਤ ਸਾਰੇ ਲੋਕਾਂ ਦਾ ਜਿਹੜਾ ਆ ਇਹਦੇ ਨਾਲ ਖੂਨ ਵਹਿਆ, ਬਹੁਤ ਸਾਰੇ ਲੋਕਾਂ ਨੇ ਆਪਣੀ ਜਾਨ ਵੀ ਗਵਾਈ, ਕਈ ਲੋਕਾਂ ਨੇ ਵੱਢ ਟੁੱਕ ਵੀ ਆਪਣੀ ਕਰਵਾ ਲਈ। ਇਹਦੇ ਨਾਲ ਨਾਲ ਪੰਛੀਆਂ ਵਾਸਤੇ ਵੀ ਬਹੁਤ ਜ਼ਿਆਦਾ ਮਾੜਾ ਰਹੀ ਇਹ ਡੋਰ, ਜੋ ਕਿ ਚਾਈਨਾ ਡੋਰ ਦੱਸੀ ਜਾਂਦੀ ਹੈ। ਇਹ ਇੱਕ ਕਿਸਮ ਦੀ ਸਿੰਥੈਟਿਕ, ਕਹਿਣ ਤੋਂ ਭਾਵ ਕਿ ਬਣੀ ਹੋਈ ਹੈ ਇੱਕ ਜਿਹੜੀ ਹੈ ਪਲਾਸਟਿਕ ਦੇ ਉੱਤੋਂ ਤਿਆਰ ਕੀਤੀ ਜਾਂਦੀ, ਜਿਹੜੀ ਕਿ ਚਾਈਨਾ ਦੇ ਵਿੱਚ ਬਣ ਕੇ ਆਈ ਅਤੇ ਭਾਰਤ ਦੇ ਵਿੱਚ ਵੀ ਕਈਆਂ ਥਾਵਾਂ 'ਤੇ ਇਹਦਾ ਉਤਪਾਦ ਹੋਣਾ ਸ਼ੁਰੂ ਹੋ ਗਿਆ। ਚਾਈਨਾ ਡੋਰ ਨੇ ਇੰਨਾ ਜ਼ਿਆਦਾ ਘਿਰਾਓ ਕਰ ਲਿਆ ਪਤੰਗਬਾਜ਼ੀ ਦੇ ਉੱਤੇ, ਲੋਹੜੀ ਦੇ ਤਿਉਹਾਰਾਂ ਦੇ ਉੱਤੇ ਇੰਨੀ ਜ਼ਿਆਦਾ ਸਾ ਗਈ ਕਿ ਹਰ ਘਰ ਹਰ ਲੋਕਾਂ ਦੀ ਚਾਹਤ ਜਿਹੜੀ ਚਾਈਨਾ ਡੋਰ ਬਣਨ ਲੱਗ ਪਈ। ਪਰ ਉਹਦੇ ਨਾਲ ਨਾਲ ਕਈਆਂ ਲੋਕਾਂ ਦੇ ਘਰਾਂ ਦੇ ਵਿੱਚ ਇਸ ਡੋਰ ਨੇ ਮਾਤਮ ਜਿਹਾ ਮਾਹੌਲ ਵੀ ਬਣਾ ਦਿੱਤਾ। ਇਸ ਸੀਜ਼ਨ ਦੇ ਉੱਤੇ ਪ੍ਰਸ਼ਾਸਨ ਨੇ ਬਹੁਤ ਸਾਰੀ ਜਿਹੜੀ ਹੈ ਆਪਣੇ ਵੱਲੋਂ ਖਿੱਚ ਪਾ ਕੇ ਰੱਖੀ, ਜਿਹਦੇ ਨਾਲ ਜਿਹੜੀ ਹੈ ਇਹ ਡੋਰ ਵਿਕਣੀ ਬੰਦ ਹੋ ਗਈ। ਬਹੁਤ ਸਾਰੇ ਡੋਰ ਦੇ ਗੱਟੂ ਜਿਹੜੇ ਆ ਪ੍ਰਸ਼ਾਸਨ ਨੇ ਆਪਣੇ ਕਬਜ਼ੇ ਦੇ ਵਿੱਚ ਲੈ ਲਏ, ਅਤੇ ਬਹੁਤ ਸਾਰੇ ਗੱਟੂਆਂ ਨੂੰ ਕਬਜ਼ੇ ਦੇ ਵਿੱਚ ਲੈ ਕੇ ਲੋਕਾਂ ਨੂੰ ਰਾਹਤ ਦਵਾਈ। ਇਹਦਾ ਅਸਰ ਜਿਹੜਾ ਆ ਪਤੰਗਬਾਜ਼ੀ 'ਤੇ ਵੀ ਦੇਖਣ ਨੂੰ ਮਿਲਿਆ ਕਿ ਅਸਮਾਨ ਦੇ ਵਿੱਚ ਜਿਹੜੀਆਂ ਲੋਹੜੀ ਤੋਂ ਪਹਿਲਾਂ ਹੀ ਬਹੁਤ ਸਾਰੀਆਂ ਪਤੰਗਾਂ ਉੱਡਦੀਆਂ ਸੀ, ਉਹ ਕਿਤੇ ਨਾ ਕਿਤੇ 10% ਹੀ ਰਹਿ ਗਈਆਂ। ਲੋਹੜੀ ਦੇ ਤਿਉਹਾਰ ਦੇ ਉੱਤੇ ਤਾਂ ਇਵੇਂ ਲੱਗ ਰਿਹਾ ਜਿਵੇਂ ਪਤੰਗਬਾਜ਼ੀ ਬੈਨ ਹੋ ਗਈ ਹੋਵੇ, ਪਤੰਗਬਾਜ਼ੀ ਬੈਨ ਵਰਗਾ ਮਾਹੌਲ ਬਣ ਗਿਆ। ਪਰ ਤੁਹਾਨੂੰ ਦੱਸ ਦਈਏ ਕਿ ਇਹ ਪਤੰਗਬਾਜ਼ੀ ਬੈਨ ਹੋਣੀ ਵੀ ਜ਼ਰੂਰੀ ਹੈ, ਕਿਉਂਕਿ ਅਗਰ ਤੁਸੀਂ ਇਹਨਾਂ ਡੋਰਾਂ ਦਾ ਸਾਥ ਨਹੀਂ ਛੱਡਦੇ, ਇਹਨਾਂ ਡੋਰਾਂ ਨੂੰ ਨਹੀਂ ਛੱਡਦੇ, ਤਾਂ ਕਿਸੇ ਸਮੇਂ ਦੇ ਵਿੱਚ ਪਤੰਗਬਾਜ਼ੀ ਵੀ ਬੈਨ ਹੋ ਸਕਦੀ ਹੈ। ਇਸ ਕਰਕੇ ਸਾਰੇ ਬੱਚਿਆਂ ਨੂੰ, ਸਾਰੇ ਲੋਕਾਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਆਪਣੀ ਲੋਹੜੀ ਜਿਹੜੀ ਹੈ ਬੜੇ ਹੀ ਆਰਾਮਦਾਇਕ ਤਰੀਕੇ ਦੇ ਨਾਲ ਲੋਕਾਂ ਦੀ ਜਾਨ ਨੂੰ ਸੇਫ ਰੱਖਦੇ ਹੋਏ ਮਨਾਉਣੀ ਹੈ। ਅਤੇ ਨਾਲ ਦੀ ਨਾਲ ਤੁਹਾਨੂੰ ਦੱਸ ਦਈਏ ਕਿ ਲੋਹੜੀ ਮਨਾਉਣ ਦੇ ਲਈ ਸਿੰਥੈਟਿਕ ਡੋਰ ਨਹੀਂ ਵਰਤਣੀ, ਜਿਹਦੇ 'ਚ ਤੁਸੀਂ ਧਾਗੇ ਵਾਲੀ ਡੋਰ ਜਿਹੜੀ ਪੁਰਾਣੀ ਰਵਾਇਤੀ ਡੋਰ ਆ ਉਹੀ ਵਰਤਣੀ, ਤਾਂ ਕਿ ਕਿਸੇ ਦਾ ਵੀ ਕੋਈ ਨੁਕਸਾਨ ਨਾ ਹੋਵੇ ਅਤੇ ਨਾ ਹੀ ਤੁਹਾਡਾ ਨੁਕਸਾਨ ਹੋਵੇ, ਕਿਉਂਕਿ ਪ੍ਰਸ਼ਾਸਨ ਨੇ ਬਹੁਤ ਵੱਡਾ ਜੁਰਮਾਨਾ ਅਤੇ ਸਜ਼ਾ ਦਾ ਵੀ ਐਲਾਨ ਕੀਤਾ ਹੋਇਆ। ਜੇਕਰ ਕੋਈ ਚਾਈਨਾ ਡੋਰ ਦੇ ਨਾਲ ਪਤੰਗ ਵਧਾਉਂਦਾ ਫੜਿਆ ਜਾਂਦਾ ਤਾਂ ਉਸ ਨੂੰ ਭਾਰੀ ਜੁਰਮਾਨਾ ਹੋ ਸਕਦਾ ਅਤੇ ਸਜ਼ਾ ਵੀ ਹੋ ਸਕਦੀ ਹੈ। ਇਸ ਲਈ ਤੁਹਾਨੂੰ ਦੁਬਾਰਾ ਤੋਂ ਅਪੀਲ ਕੀਤੀ ਜਾਂਦੀ ਹੈ ਕਿ ਕੋਸ਼ਿਸ਼ ਕਰੋ ਵੀ ਚਾਈਨਾ ਡੋਰ ਤੋਂ ਬਚਿਆ ਜਾਵੇ ਅਤੇ ਧਾਗਾ ਡੋਰ ਦੇ ਨਾਲ ਹੀ ਪਤੰਗਬਾਜ਼ੀ ਕੀਤੀ ਜਾਵੇ ਅਤੇ ਆਪਣੀ ਲੋਹੜੀ ਨੂੰ ਖੁਸ਼ੀਆਂ ਦੇ ਨਾਲ ਭਰਿਆ ਜਾਵੇ ਅਤੇ ਕਿਸੇ ਦੀਆਂ ਖੁਸ਼ੀਆਂ ਨੂੰ ਉਜਾੜਿਆ ਨਾ ਜਾਵੇ। ਧੰਨਵਾਦ, ਤੁਸੀਂ ਦੇਖਦੇ ਪਏ ਹੋ ਮੇਰੇ ਨਾਲ DPC ਪੰਜਾਬੀ। ਬਣੇ ਰਹੋ ਇਸੇ ਤਰ੍ਹਾਂ ਸਾਡੇ ਚੈਨਲ ਦੇ ਉੱਤੇ। ਏਅਰਪੋਰਟ ਸੀ ਸਾਡੇ ਲਵਪ੍ਰੀਤ ਸਿੰਘ ਖੁਸ਼ੀਪੁਰ ਦੀ। ਦਾ ਸ਼ੌਂਕ ਲੋਕਾਂ ਨੂੰ ਬਹੁਤ ਜ਼ਿਆਦਾ ਵਾ। ਹਾਂ, ਇਹ ਜਿਹੜਾ ਤੁਹਾਡਾ ਸਵਾਲ ਹੈ ਕਿ ਕੈਨੇਡਾ, ਅਮੈਰੀਕਾ ਜਾਂ ਹਿੰਦੁਸਤਾਨ ਦੇ, ਇਹ ਕੁਛ ਲੋਕ ਨਾ ਜਿਹੜੇ
ਇੰਜੋਏ ਕਰਨ ਸਮਝ ਲਓ ਕਿ ਲੋਹੜੀ ਨੂੰ ਬਾਹਰੋਂ ਆਉਂਦੇ ਨੇ ਜਿਹੜੇ ਸਾਡੇ ਪੰਜਾਬੀ ਵੀਰ ਗਏ ਨੇ, ਉਹ ਜਿਸ ਮੁਲਕ ਦੇ ਨੇ ਕੁਛ ਉਹਨਾਂ ਦੇ ਝੰਡੇ ਮੰਗਦੇ ਨੇ, ਲੇਕਿਨ ਉਹਦੇ ਨਾਲ ਅਸੀਂ ਹਿੰਦੁਸਤਾਨੀ ਅਤੇ ਸਭ ਤੋਂ ਪਹਿਲ ਦੀ ਤੌਰ ਦੇ ਉੱਤੇ ਅਸੀਂ ਆਪਣੇ ਹਿੰਦੁਸਤਾਨ ਦਾ ਵੀ ਜਿਹੜਾ ਪਤੰਗ ਦੇ ਝੰਡੇ ਦਾ ਉਹਦਾ ਅਸੀਂ ਬਣਵਾ ਕੇ ਰੱਖਦੇ ਹਾਂ ਜੀ ਤਿਰੰਗੇ ਦਾ। ਕਾਰਟੂਨ ਵਾਲੀਆਂ ਕਾਈਟਸ ਮੰਗਦੇ ਨੇ ਕਿ ਸਾਨੂੰ ਗੁੱਡੀਆਂ ਦੇ ਉੱਤੇ ਕਾਰਟੂਨ ਚਾਹੀਦੇ ਨੇ, ਉਹਦੇ 'ਚ ਫਿਰ ਭੀਮ, ਡੋਰੇਮੋਨ, ਪਿਕਾਚੂ ਵਗੈਰਾ ਦੇ ਪ੍ਰਿੰਟ ਆਊਟ ਹੁੰਦੇ ਨੇ, ਉਹ ਗੁੱਡੀਆਂ ਬਣੀਆਂ ਹੁੰਦੀਆਂ ਨੇ। ਜੇ ਕੋਈ ਸਿਆਣਾ ਇਨਸਾਨ ਆਉਂਦਾ ਜਾਂ ਵੱਡੀ ਉਮਰ ਦਾ ਆਉਂਦਾ, ਉਹ ਵੱਡੀ ਪਤੰਗ ਮੰਗਦਾ, ਉਹ 'ਚ ਡਿਜ਼ਾਈਨ ਮੰਗਦਾ। ਦੇਖੋ ਨਾ ਕਿੰਨੇ ਕਿੰਨੇ ਡਿਜ਼ਾਈਨਾਂ ਦੀਆਂ ਗੁੱਡੀਆਂ ਤਿਆਰ ਕਰਵਾਉਣੀਆਂ ਪੈਂਦੀਆਂ ਨੇ ਲੋਕਾਂ ਦੀ ਡਿਮਾਂਡ ਨੂੰ ਪੂਰਾ ਕਰਨ ਦੇ ਲਈ। ਸਾਨੂੰ ਕਲਾਈਮੇਟ ਦਾ ਤਾਂ ਬੜਾ ਵੱਡਾ ਹੱਥ ਹੈਗਾ, ਹਵਾ ਚੱਲੇਗੀ ਅਤੇ ਗੁੱਡੀ ਉੱਡੇਗੀ, ਜੇ ਹਵਾ ਨਹੀਂ ਚੱਲੇਗੀ ਤਾਂ ਆਪਾਂ ਸਾਰੇ ਕੋਠੇ ਚੜ੍ਹ ਜਾਵਾਂਗੇ, ਛੱਤਾਂ 'ਤੇ ਚੜ੍ਹ ਜਾਵਾਂਗੇ ਅਤੇ ਹਵਾ ਦੀ ਵੇਟ ਹੀ ਕਰਾਂਗੇ। ਪਤੰਗਬਾਜ਼ੀ ਦੇ ਲਈ ਹਵਾ ਬਹੁਤ ਜ਼ਰੂਰੀ ਹੈ। ਬਹੁਤ ਅੱਛਾ ਉਹਨਾਂ ਦਾ ਇਸ ਟਾਈਮ ਰੋਕ ਲੱਗੀ ਹੋਈ ਹੈ ਚਾਈਨਾ ਡੋਰ 'ਤੇ, ਇਸ ਲਈ ਕੋਟਨ ਦਾ ਧਾਗਾ ਵਿਕ ਰਿਹਾ ਜੀ। ਡੀਸੀ ਸਾਹਿਬ ਨੇ ਬਹੁਤ ਵਧੀਆ ਜਿਹੜਾ ਹੁਕਮ ਜਾਰੀ ਕੀਤੇ ਦੇ ਨੇ ਸਖਤੀ ਦੇ। ਹਰ ਜਗ੍ਹਾ ਦਾ ਕੋਈ ਕਾਰੀਗਰ ਆਪਣੀ ਖਾਸੀਅਤ ਲਈ ਪਛਾਣਿਆ ਜਾਂਦਾ ਹੈ। ਬਰੇਲੀ ਦੀ ਚੜਖੜੀ ਅੱਜ ਵੀ ਬਰੇਲੀ ਦੇ ਜਿਹੜੇ ਕਾਰੀਗਰ ਆ ਉਹਨਾਂ ਦੀ ਖਾਸੀਅਤ ਹੈ ਕਿ ਜਿਹੜੀ ਕੁਆਲਿਟੀ ਉਹ ਬਣਾਉਂਦੇ ਨੇ ਉਹ ਸਾਡੀ ਬੈਲਟ ਇਸ ਬੈਲਟ 'ਚ ਨਹੀਂ ਬਣਦੀ। ਜਿਹੜੀ ਸਾਡੀ ਇਸ ਬੈਲਟ 'ਚ ਬਣਦੀ ਹੈ ਉਹ ਜਿਹੜੀ ਪੀੜ੍ਹੀਆਂਦਾਰ ਪਿੰਨੇ ਸਾਡੇ ਪੁਰਾਣੇ ਸਟਾਈਲ ਤੁਸੀਂ ਦੇਖੇ ਦੇ ਨੇ, ਉਹ ਇੱਥੇ ਦੇ ਲੋਕ ਉਹਦੇ 'ਚ ਖਾਸ ਆ ਸਾਡੇ ਜਿਹੜੇ ਕਾਰੀਗਰ ਲੋਕ ਆ। ਲੇਕਿਨ ਬਰੇਲੀ ਦੀ ਡੋਰ ਜਿਹੜੀ ਆ ਬਹੁਤ ਖਾਸ ਹੈ, ਇੱਧਰਲੀ ਡੋਰ ਤੋਂ ਵੀ ਵਧੀਆ ਬਰੇਲੀ ਦੀ ਚੜਖੜੀ ਗੁੜੀ ਚੜ੍ਹਾਉਂਦੀ ਹੁੰਦੀ ਹੈ ਜੀ। ਜਿਹੜੀ ਰੰਗਦਾਰ ਹੈ ਜੀ, ਕੋਈ ਕਿਸੇ ਕੋਈ ਨਿਖਾਊ ਘਾਟ ਮੰਗਦਾ, ਕੋਈ ਪੂਛਲ ਵਾਲੀ ਮੰਗਦਾ, ਕੋਈ ਵੱਡੀ ਮੰਗਦਾ, ਛੋਟੀ ਮੰਗਦਾ, ਛੋਟੇ ਬੱਚੇ ਛੋਟੀ ਲੈ ਜਾਂਦੇ, ਵੱਡੇ ਵੱਡੀ ਲੈ ਜਾਂਦੇ ਆ। ਬਾਕੀ ਐਕੀ ਜਿਹੜੀ ਦੂਜੀ ਗੁੱਡੀ ਹੈ ਤਿਰੰਗੀ, ਸਾਡੇ ਇੰਡੀਆ ਦਾ ਨਿਸ਼ਾਨ, ਉਹ ਜ਼ਿਆਦਾ ਵਿਖ ਰਹੀ ਹੈ, ਬੜੀ ਵਧੀਆ ਪਤੰਗਾਂ ਵਿਕਦੀਆਂ ਪਈਆਂ, ਲੋਕਾਂ ਸ਼ੌਂਕ ਆ ਜਿਹੋ ਜਿਹਾ ਸਹਿਜ ਬੰਦੇ ਦਾ, ਉਹ ਜਿਹੀਆਂ ਗੁੱਡੀਆਂ ਵਿਕਦੀਆਂ। ਬਹੁਤ ਕਾਰਟੂਨ ਵਾਲੀਆਂ ਲੈਂਦੇ ਨੇ ਬੱਚੇ, ਪਲਾਸਟਿਕ ਦੀ ਗੁੱਡੀ ਵੀ ਲੈਂਦੇ ਨੇ, ਆਪ ਦੀ ਹੋਈ ਹੈ ਜੀ, ਉਹਦੇ ਉੱਤੇ ਨੂੰ ਬਰੇਲੀ ਡੋਲ ਵਿਕਦੀ ਹੈ, ਇਹ ਚੜਖੜੀਆਂ ਵਿਕਦੀਆਂ, ਲੈ ਜਾਂਦੇ ਲੋਕ, ਇਹ ਟੁੱਟ ਵੀ ਜਾਂਦੀ ਹੈ, ਇਹਦਾ ਨੁਕਸਾਨ ਵੀ ਕੋਈ ਨਹੀਂ, ਉਹ ਡੋਰ ਟੁੱਟਦੀ ਨਹੀਂ, ਇਹ ਵਧੀਆ ਬੱਚਿਆਂ ਲਈ ਵਧੀਆ, ਸਿਆਣਿਆਂ ਲਈ ਵਧੀਆ। ਸਿਆਣੇ ਦੂਜੀ ਡੋਰ ਜਿਹੜਾ ਇਹ 'ਚ ਲੈਂਦੇ ਕੁਆਲਿਟੀ ਲੈ ਜਾਂਦੇ ਆ, ਬੱਚੇ ਦੀ ਕੁਆਲਿਟੀ ਵੱਖਰੀ ਆ ਜਾਂਦੀ ਹੈ, ਅਤੇ ਛੋਟੇ ਪਿੰਨੇ ਵੀ ਵਿਕਦੇ ਨੇ, ਹਰ ਤਰ੍ਹਾਂ ਦੀ ਡੋਰ ਵਿਕਦੀ ਹੈ। ਹੌਲੀ ਹੌਲੀ ਆਪੇ ਲੋਕਾਂ ਨੂੰ ਗਈ ਪੈ ਜਾਏਗੀ ਇਹਦੀ, ਇਹੋ ਵਰਤਦੇ ਸੀ, ਇੱਥੇ ਡੋਰਾਂ ਲੱਗਦੀਆਂ ਰਹੀਆਂ ਬਟਾਲੇ ਸ਼ਹਿਰ 'ਚ, ਪਿੰਨੇ ਬਣਾਉਂਦੇ ਰਹੇ, ਸਵੇਰੇ ਜਾਣਾ ਸ਼ਾਮੀ ਆਉਣਾ, ਬੜਾ ਰਸ਼ ਹੁੰਦਾ ਸੀ ਉਦੋਂ, ਨਜ਼ਾਰੇ ਪਾਈਦੇ ਸੀ ਉਦੋਂ ਮਾਰੇ ਪੂਰੇ। ਹੁਣ ਆ ਗੱਟ ਡੋਰ ਜਿਹੜੀ ਦੂਜੀ ਪਲਾਸਟਿਕ ਦੀ ਆਈ ਆ, ਲੋਕ ਕਹਿੰਦੇ ਚਾਈਨਾ ਦੀ, ਚਾਈਨਾ ਦੀ ਹੈ ਤਾਂ ਇੰਡੀਆ ਦੀ ਹੈ, ਇਹ ਫੈਕਟਰੀ ਨੂੰ ਬੈਨ ਕਰ, ਲਿਖਿਆ ਉੱਤੇ ਸਭ ਕੁਝ, ਮੀਡੀਆ ਵੀ ਕਹਿੰਦਾ ਚਾਈਨਾ ਦੀ ਹੈ, ਚਾਈਨਾ ਦੀ ਡੋਰ ਹੈ ਨਹੀਂ, ਇੰਡੀਆ ਦੀ ਹੈ, ਇੰਡੀਆ ਨੂੰ ਬੰਦ ਕਰਨ ਡੋਰ ਹੈ। ਫਰਕ ਪਿਆ ਜੀ, ਬਹੁਤ ਫਰਕ ਪਿਆ, ਇੱਕ ਮੌਸਮ ਦੀ ਥੋੜ੍ਹੀ ਮਾਰ ਪੈਣ ਡੀ ਹੈ, ਤੂੰ ਹਵਾ ਨਹੀਂ ਚੱਲਦੀ, ਫਿਰ ਗੁੜੀ ਦਾ ਨਜ਼ਾਰਾ ਨਹੀਂ ਨਾ ਆਉਂਦਾ, ਤੁਮਕੇ ਮਾਰ ਕੇ ਥੋੜ੍ਹਾ ਚੜ੍ਹਾਉਣੀ ਹੈ, ਹਵਾ ਹੋਵੇ ਖੁੱਲ੍ਹੀ ਫਿਰ ਨਜ਼ਾਰਾ ਆਉਂਦਾ ਗੁੜੀ ਚੜ੍ਹਾਉਣ ਦਾ। ਨਾਮ ਕੀ ਤੁਹਾਡਾ? ਸ਼ਾਮ ਲਾਲ ਜੀ। ਬਹੁਤ ਵਧੀਆ ਤਿਆਰੀ ਚੱਲ ਰਹੀ ਹੈ ਭਾਅ ਜੀ ਗੁੱਡੀ ਦੀ, ਹਰ ਪਾਸੇ ਬਹੁਤ ਵਧੀਆ ਰੌਣਕ ਆ, ਜਦੋਂ ਮਤਲਬ ਹਰ ਵਾਰੀ ਲੋਹੜੀ ਆਉਂਦੀ ਲੋਕ ਬਹੁਤ ਧੂਮਧਾਮ ਨਾਲ ਬੜੀ ਖੁਸ਼ੀ ਨਾਲ ਮਨਾਉਂਦੇ। ਤਿਰੰਗੀਆਂ ਵੀ ਕੀਤੀਆਂ ਭਾਅ ਜੀ, ਜਿਹੜੀਆਂ ਆਪਣੇ ਇੰਡੀਆ ਦਾ ਝੰਡਾ, ਉਹਦੀਆਂ ਵੀ ਕੀਤੀਆਂ ਆ, ਹੋਰ ਨਵੀਆਂ ਜਿਹੜੀਆਂ ਵਰਾਇਟੀਆਂ ਕਨੇਡਾ, ਅਮੈਰੀਕਾ ਸਭ ਝੰਡੇ